ਵਰਤੋਂ ਜੇ ਤੁਸੀਂ ਆਪਣੀ ਪੁਰਾਣੀ ਗੱਡੀ ਸੇਲ ਆਊਟ ਕਰਨਾ ਚਾਹੁੰਦੇ ਹੋ, ਤੁਹਾਨੂੰ ਲੱਗ ਰਿਹਾ ਕਿ ਉਹਦੀ ਐਗਜੈਕਟ ਵੈਲਿਊ ਨਹੀਂ ਮਿਲ ਰਹੀ, ਤਾਂ ਉਹਦੇ ਵਾਸਤੇ ਮੈਂ ਤੁਹਾਨੂੰ ਸੁਜੈਸਟ ਕਰਦਾ ਤੁਸੀਂ ਜਾਓ ਕਾਰ 24 ਦੇ ਸ਼ੋਰੂਮ, ਉੱਥੇ ਤੁਸੀਂ ਲਵਾਓ ਆਪਣੀ ਵੈਲਿਊ ਗੱਡੀ ਦੀ, ਅਤੇ ਤੁਸੀਂ ਉਹਨੂੰ ਉਸੇ ਵੇਲੇ ਸੇਲ ਆਊਟ ਵੀ ਕਰ ਸਕਦੇ ਹੋ। ਬਾਕੀ ਜੇ ਤੁਹਾਨੂੰ ਲੱਗਦਾ ਕਿ ਆਰਸੀ ਦੇ ਪੰਗੇ ਨੇ, ਟਰਾਂਸਫਰ ਦੇ ਪੰਗੇ ਨੇ, ਫ੍ਰੀ ਆਫ ਕਾਸਟ ਉਹ ਆਰਸੀ ਟਰਾਂਸਫਰ ਕਰਕੇ ਦਿੰਦੇ ਨੇ, ਉਹ 'ਚ ਕੋਈ ਇਸ਼ੂ ਨਹੀਂ। ਤੀਜੀ ਗੱਲ ਜਿਹੜੀ ਕਿ ਹਰੇਕ ਸਿਟੀ ਦੇ ਵਿੱਚ ਇੰਡੀਆ ਦੇ ਵਿੱਚ ਉਹਨਾਂ ਦੇ ਸ਼ੋਰੂਮਸ ਅਵੇਲੇਬਲ ਨੇ, ਜਿਹੜੇ ਪੈਸੇ ਵੀ ਤੁਹਾਡੇ ਉਹ ਵੀ ਉਸੇ ਵੇਲੇ ਤੁਹਾਡੇ ਅਕਾਊਂਟ 'ਚ ਟਰਾਂਸਫਰ ਕਰਕੇ ਦਿੰਦੇ ਨੇ। ਸਿਰਫ ਤੁਹਾਨੂੰ ਇੰਨਾ ਕਰਨਾ ਹੈ ਕਿ ਡਿਸਕ੍ਰਿਪਸ਼ਨ 'ਚ ਜਾਣਾ, ਲਿੰਕ ਚੱਕਣਾ ਅਤੇ ਆਪਣੀ ਅਪਾਇੰਟਮੈਂਟ ਬੁੱਕ ਕਰਨੀ ਹੈ, ਅਤੇ ਤੁਸੀਂ ਉੱਥੇ ਜਾਣਾ ਅਤੇ ਆਪਣੀ ਗੱਡੀ ਦੀ ਇੰਸਪੈਕਸ਼ਨ ਕਰਵਾ ਕੇ ਅਤੇ ਉਹਨੂੰ ਆਪਣੀ ਗੱਡੀ ਨੂੰ ਸੇਲ ਆਊਟ ਕਰ ਸਕਦੇ ਹੋ, ਨਵੀਂ ਗੱਡੀ ਬਾਏ ਕਰ ਸਕਦੇ ਹੋ। ਹਾਂਜੀ ਵੀ ਦੋਸਤੋ, ਕੀ ਹਾਲ ਚਾਲ ਨੇ? ਉਮੀਦ ਆ ਸਾਰੇ ਵਧੀਆ ਹੋਣਗੇ। ਚਾਹੇ ਤੁਹਾਡੇ ਵਾਸਤੇ ਫਿਰ ਮੰਡੀ ਡੱਬ ਵਾਲੀ ਆਇਆ ਹੋ, ਅਸੀਂ ਤਾਂ ਇੱਕ ਸਪੈਸ਼ਲ ਚੀਜ਼ਾਂ ਤੁਹਾਡੇ ਵਾਸਤੇ ਤਿਆਰ ਕੀਤੀਆਂ ਸਰ ਨੇ ਮੈਟਲ ਦੇ ਵਿੱਚ। ਪਹਿਲਾਂ ਤਾਂ ਮੈਂ ਸਰ ਨਾਲ ਮਿਲਾਉਣਾ। ਸਰ ਕੀ ਹਾਲ ਚਾਲ ਨੇ? ਵਧੀਆ ਭਾਅ ਜੀ, ਬਹੁਤ ਠੀਕ ਠਾਕ। ਵਧੀਆ ਭਾਅ ਜੀ। ਅੱਛਾ ਸਰ, ਮੈਂ ਚਾਹੁੰਦਾ ਕਿ ਪਹਿਲਾਂ ਤੁਸੀਂ ਮੇਰੇ ਵਿਊਵਰਸ ਨੂੰ ਆਪਣੇ ਬਾਰੇ ਥੋੜ੍ਹਾ ਜਿਹਾ ਦੱਸ ਦਿਓ। ਭਾਅ ਜੀ, ਆਪਾਂ ਮੰਡੀ ਡੱਬਲ ਬਿਲੋਂਗ ਕਰਦੇ ਹਾਂ। ਦਵਿੰਦਰ ਸਿੰਘ ਮੇਰਾ ਨਾਮ ਹੈ ਜੀ, ਮੇਰੇ ਗੈਰੇਜ ਨਾਮ ਪੈਂਕ ਮੋਟਰਸ ਹੈ, ਅਤੇ ਆਪਾਂ ਥਾਰ, ਵਿਲੀ, ਜਿਪਸੀ ਆਲ ਕਾਇੰਡ ਨੂੰ ਮੋਡੀਫਾਈ ਕਰਕੇ ਆਲ ਇੰਡੀਆ ਸਪਲਾਈ ਕਰਦੇ ਹਾਂ ਭਾਅ ਜੀ। ਠੀਕ ਹੈ। ਮੋਸਟਲੀ ਸਰ ਹੁਣੀ ਨਾ ਮਤਲਬ ਆਰਡਰ 'ਤੇ ਹੀ ਗੱਡੀਆਂ ਤਿਆਰ ਕਰਦੇ ਨੇ, ਬਾਕੀ ਕਿਸੇ ਟਾਈਪ ਤੁਸੀਂ ਮੋਡੀਫਿਕੇਸ਼ਨ ਕਰਾਉਣੀ ਹੈ ਤੁਸੀਂ ਇਹਨਾਂ ਕੋਲੋਂ ਕਰਵਾ ਸਕਦੇ ਹੋ। ਜਿਹੜੇ ਅੱਜ ਇਹਨਾਂ ਕੋਲ ਪ੍ਰੋਜੈਕਟ ਰੈਡੀ ਹੋਏ ਆ, ਅਤੇ ਤੁਹਾਨੂੰ ਨਾਲ ਦਿਖਾਉਂਦੇ ਹਾਂ ਅਸੀਂ ਵੀ ਗੱਡੀਆਂ 'ਚ ਇਹਨਾਂ ਨੇ ਕੀ ਕੀਤਾ ਹੋਇਆ। ਇੱਕ ਜਿਪਸੀ ਇਹਨਾਂ ਕੋਲ ਓਰੀਜਨਲ ਪੈਟਰੋਲ ਰੱਖੀ ਹੋਈ, ਇੱਕ ਥਾਰ ਇਹਨਾਂ ਨੇ ਹਾਟ ਟੌਪ ਕੀਤੀ ਹੋਈ ਹੈ, ਅਤੇ ਇੱਕ ਇਹਨਾਂ ਕੋਲ ਵਿਲੀ ਇਸ ਟਾਈਮ ਤਿਆਰ ਹੈ। ਠੀਕ ਹੈ, ਤੁਹਾਨੂੰ ਆਪਾਂ ਨਾਲ ਦਿਖਾਉਂਦੇ ਹਾਂ। ਬਾਕੀ ਕਿਸੇ ਨੇ ਕੋਈ ਆਰਡਰ ਪਲੇਸ ਕਰਨਾ ਹੈ, ਕਿਸੇ ਨੇ ਕੋਈ ਵੀ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਹੈ, ਤਾਂ ਵੀਡੀਓ ਦੇ ਥੱਲੇ ਨੰਬਰ ਵਗੈਰਾ ਸਰ ਉਹਨਾਂ ਦੇ ਸਾਰੇ ਚੱਲ ਰਹੇ ਹੋਣਗੇ, ਤੁਸੀਂ ਕਾਲ ਕਰ ਸਕਦੇ ਹੋ, ਅਤੇ ਜੋ ਵੀ ਤੁਹਾਡੀਆਂ ਇਨਕੁਆਇਰੀਜ਼ ਆ ਸਰ ਉਹਨਾਂ ਤੁਹਾਨੂੰ ਕਲੀਅਰ ਕਰਦੇ ਹਾਂ, ਤੁਸੀਂ ਉੱਤੇ ਕਾਲ ਕਰ ਸਕਦੇ ਹੋ। ਅਤੇ ਆ ਜਾਓ ਆਪਾਂ ਕਰਦੇ ਹਾਂ ਵੀਡੀਓ ਸ਼ੁਰੂ, ਤੋਂ ਨਾਲੇ ਦਿਖਾਉਂਦੇ ਹਾਂ। ਆ ਜਾਓ ਦੋਸਤੋ, ਜਿਪਸੀ ਤੋਂ ਕਰਦੇ ਹਾਂ ਸ਼ੁਰੂ। ਅਤੇ ਪਹਿਲੀ ਤਾਂ ਗੱਲ ਹੈ ਕਿ ਮੈਂ ਦੱਸਣਾ ਚਾਹੁੰਦਾ ਕਿ ਰੈੱਡ ਕਲਰ ਸਰ ਨੇ ਕੀਤਾ ਹੋਇਆ, ਐਡਾ ਜ਼ਬਰਦਸਤ ਕਲਰ ਹੈ ਸਰ, ਮੈਂ ਚਾਹੁੰਦਾ ਕਿ ਥੋੜ੍ਹਾ ਜਿਹਾ ਗੱਡੀ ਬਾਰੇ ਦੱਸੋ ਵੀ ਅੱਜ ਕੀ ਕੀਤਾ ਹੋਇਆ। ਭਾਅ ਜੀ, ਸਟਾਰਟਿੰਗ ਤੋਂ ਆਪਾਂ 2009 ਮਾਡਲ ਗੱਡੀ ਮਿਲਟਰੀ ਓਕਸ਼ਨ ਲਿੱਤੀ ਆ, ਉਹ ਤੋਂ ਲੈਣ ਦੇ ਬਾਅਦ ਇਹਨੂੰ ਅਪ ਕਰਤੀ ਮੋਡੀਫਾਈ, ਅਤੇ ਆਪਣੇ ਕੋਲ ਔਡਰ ਆਇਆ ਸੀ ਭਾਅ ਜੀ ਕਰਨਾਲ ਤੋਂ ਜਤਿੰਦਰ ਸੰਧੂ ਜੀ ਨੇ, ਉਹਨੇ ਸਾਨੂੰ ਔਨਲਾਈਨ ਔਡਰ ਕੀਤਾ, ਅਤੇ 2 ਮੰਥ ਵਿੱਚ ਗੱਡੀ ਹੋ ਗਈ ਰੈਡੀ। ਠੀਕ ਹੈ। ਉਹਨਾਂ ਦੇ ਅਕੋਰਡਿੰਗ ਸੀ, ਉਹਨਾਂ ਨੂੰ ਰੈੱਡ ਕਲਰ ਚਾਹੀਦਾ ਅਤੇ ਬਲੈਕ ਕੋਂਬੀਨੇਸ਼ਨ ਦੇ ਨਾਲ। ਤੁਸੀਂ ਇਹਦਾ ਇੰਜਨ ਵੀ ਸਰ ਦਿਖਾ ਸਕਦੇ ਹੋ? ਹਾਂਜੀ ਭਾਅ ਜੀ। ਸਰ ਇਹਦੇ ਵਿੱਚ ਪੈਟਰੋਲ ਇੰਜਨ ਆ, ਤੁਸੀਂ ਸਾਰਿਆਂ ਨੇ ਦੇਖ ਸਕਦੇ ਹੋ 03 ਇਹਦੇ ਵਿੱਚ ਇੰਜਨ ਰੱਖਿਆ ਹੋਇਆ, ਓਰੀਜਨਲ ਪੈਟਰੋਲ ਦਾ ਜਿਹੜਾ ਕਿ ਹੁੰਦਾ ਹੈ ਸਾਰਾ। ਅੰਦਰੋਂ ਵੀ ਸਰ ਨੇ ਰੈੱਡ ਕੀਤੀ ਹੋਈ, ਇਹਦੇ ਵਿੱਚ ਕੰਪਰੈਸ਼ਰ ਲੱਗਿਆ ਹੋਇਆ ਕਿਉਂਕਿ ਇਹ 'ਚ ਏਸੀ ਲਾਇਆ ਹੋਇਆ ਸਰ ਨੇ, ਅਤੇ ਨਾਲ ਹੀ ਇਹਦੇ ਕੰਪਰੈਸ਼ਰ ਵਗੈਰਾ ਦਾ ਪਾਵਰ ਸਟੇਰਿੰਗ ਵੀ ਸਰ ਨੇ ਕੀਤਾ ਹੈ। ਹੁਣ ਤੁਸੀਂ ਦੇਖ ਸਕਦੇ ਹੋ ਜਿਵੇਂ ਕਿ ਗੱਡੀ ਦੇ ਵਿੱਚ ਸਰ ਉਹਨਾਂ ਨੇ ਪਹਿਲਾਂ ਤੁਸੀਂ ਇਹਦੀ ਲੁੱਕ ਚੈੱਕ ਕਰ ਸਕਦੇ ਹੋ, ਇਹਨੂੰ ਅਪ ਲੈਫਟ ਕੀਤਾ ਹੋਇਆ ਲਾਈਕ ਜ਼ਮੀਨ ਨਾਲੋਂ ਚੱਕੀ ਹੋਈ ਹੈ ਕਾਫੀ, ਅਤੇ ਐਮਟੀ ਟਾਇਰਸ ਪਾਏ ਹੋਏ ਸਰ। ਟਾਇਰਸ ਦਾ ਕੀ ਨੰਬਰ ਹੈ ਭਾਅ ਜੀ? ਇਹਦਾ ਸਾਈਜ਼ ਹੈ 235/75R15। ਤੁਸੀਂ ਦੇਖ ਸਕਦੇ ਹੋ ਐਮਟੀ ਟਾਇਰਸ ਪਾਏ ਹੋਏ ਅਤੇ ਅਪਲਿਫਟ ਕੀਤੀ ਹੋਈ ਹੈ। ਅਪਲਿਫਟ ਵੀ ਤੁਸੀਂ ਦੇਖ ਸਕਦੇ, ਤੁਹਾਨੂੰ ਫਰੰਟ ਤੋਂ ਮੈਂ ਇਹਦੀ ਗੱਡੀ ਦੀ ਲੁੱਕ ਚੈੱਕ ਕਰਾਉਣਾ, ਤੁਸੀਂ ਲੁੱਕ ਚੈੱਕ ਕਰ ਸਕਦੇ ਹੋ। ਰੈੱਡ ਕਲਰ ਦਾ ਇਹਨੂੰ ਨਾਲ ਸਰ ਨੇ ਕੰਬੀਨੇਸ਼ਨ ਕੀਤਾ ਹੋਇਆ ਬਲੈਕ ਦੇ ਨਾਲ, ਅਤੇ ਸਰ ਇਹ ਸਸਪੈਂਸ਼ਨ ਵਗੈਰਾ ਓਰੀਜਨਲ ਹੀ ਹੈ ਭਾਅ ਜੀ? ਜੈਨੀਨ ਗੱਡੀ ਹੈ ਜਾਂ ਕੰਪਨੀ ਮੇਡ ਆ? ਤੁਸੀਂ ਇਹਦੀ ਬਾਕੀ ਫਰੰਟ ਗੇਅਰ ਸਰ ਨੇ ਚੇਂਜ ਕੀਤੀ ਹੋਈ ਹੈ, ਬੰਪਰ ਇਹਨੂੰ ਮੈਟਲ ਦਾ ਲਾਇਆ ਹੋਇਆ ਤੁਸੀਂ ਦੇਖ ਸਕਦੇ ਹੋ, ਵਿਦ ਨਾਲ ਇਹਨਾਂ ਨੇ LED ਲਾਈਟਸ ਦਾ ਫੋਗ ਲਾਈਟਸ ਵੀ ਦਿੱਤੀਆਂ ਹੋਈਆਂ ਨੇ, ਅਤੇ ਤੁਸੀਂ ਇਹਦੀ ਸਾਈਡ ਤੋਂ ਚੁੱਕਾ ਸਰ ਚੈੱਕ ਕਰ ਸਕਦੇ ਹੋ, ਉਹਨੂੰ ਸਮਾਰਕਰ ਵਗੈਰਾ ਸਰ ਨੇ ਨਾਲ ਲਾਇਆ ਹੋਇਆ। ਸਮਾਰਕਰ ਵੀ ਆ, ਰਨਿੰਗ ਹੈ, ਚਾਲੂ ਆ, ਵਰਕਿੰਗ ਚਲਾ, ਵਰਕਿੰਗ ਹੈ, ਵਰਕਿੰਗ ਹੈ। ਬਾਕੀ ਤੁਸੀਂ ਫਰੰਟ ਤੋਂ ਦੇਖ ਸਕਦੇ ਹੋ ਸਰ ਨੇ ਇਹਨੂੰ ਮੋਡੀਫਾਈ ਕੀਤਾ ਹੋਇਆ ਜਿਵੇਂ ਅਗਲੇ ਦੀ ਡਿਮਾਂਡ ਸੀ। ਫਿਰ ਇਹਦੇ LED ਲਾਈਟਸ ਲਾਈਆਂ ਹੋਈਆਂ ਨਾਲ, ਜਿਹੜੀਆਂ ਅੱਜ ਕੱਲ੍ਹ ਟਰੈਂਡ ਦੇ ਵਿੱਚ ਚੱਲ ਰਹੀਆਂ ਨੇ। ਅਤੇ ਸਾਈਡ ਤੋਂ ਲੁੱਕ ਦੇਖ ਸਕਦੇ ਹੋ, ਤੁਹਾਨੂੰ ਬਾਰੋ ਬਾਰ ਦਿਖਾ ਦਿੰਦੇ ਪਹਿਲਾਂ ਕਿ ਸਾਈਡ ਤੋਂ ਲੁੱਕ ਹੈ ਗੱਡੀ ਦੀ, ਅਤੇ ਇਹਨੂੰ ਸਰ ਨੇ ਹਾਰਡ ਟੌਪ ਕੀਤਾ ਹੋਇਆ ਲਾਈਕ ਇਹਨੂੰ 5-ਸੀਟਰ ਕੀਤਾ ਹੋਇਆ। ਫਿਰ ਤੁਸੀਂ ਬੈਕ ਤੋਂ ਦੇਖ ਸਕਦੇ ਹੋ ਲਾਈਕ ਇਹਦਾ ਹਾਫ ਡੱਲ ਆ ਜਿਹੜਾ ਬੰਦ ਕੀਤਾ ਹੋਇਆ ਗੱਡੀ ਦਾ, ਕੈਰੀਅਰ ਜੈਕ ਵਗੈਰਾ ਲਗਾਇਆ ਹੋਇਆ ਨਾਲ, ਹੁੱਕ ਦਿੱਤੀ ਹੋਈ ਹੈ ਨਾਲ, ਆਹ ਮੈਟਲ ਦਾ ਅੱਡ ਫਿੱਟਾ ਲਾਇਆ ਭਾਅ ਜੀ ਦੇਖੋ। ਇਹ ਤੁਸੀਂ ਦੇਖ ਸਕਦੇ ਹੋ ਲਾਈਕ ਇਹਨੂੰ ਤੁਸੀਂ ਖੋਲ੍ਹ ਵੀ ਸਕਦੇ ਹੋ, ਆਪਣਾ ਸਮਾਨ ਵਗੈਰਾ ਰੱਖ ਸਕਦੇ ਹੋ, ਜਿਵੇਂ ਮਰਜ਼ੀ ਜੈਕ ਸਿਸਟਮ ਲੱਗਿਆ ਹੋਇਆ ਤੁਸੀਂ ਦੇਖ ਸਕਦੇ ਹੋ। ਬਾਕੀ ਇਹਦੇ ਹੁੱਕ ਵਗੈਰਾ ਸਰ ਨੇ ਦਿੱਤੀ ਹੋਈ, ਓਰੀਜਨਲ ਬੰਪਰ ਪਿੱਛੇ ਜਿਹੜੇ ਲਾਈਟਸ ਵਗੈਰਾ ਆਉਂਦੀਆਂ ਨੇ ਉਹ ਲੱਗੀਆਂ ਹੋਈਆਂ ਨੇ। ਫਿਰ ਤੁਸੀਂ ਇੱਧਰੋਂ ਚੈੱਕ ਕਰ ਸਕਦੇ ਹੋ ਲਾਈਕ ਸੇਮ ਓਰੀਜਨਲ, ਮਤਲਬ ਸਾਰਾ ਕੁਝ ਮੋਸਟਲੀ ਸਰ ਨੇ ਇਹਨੂੰ ਮੋਡੀਫਾਈ ਜ਼ਿਆਦਾ ਨਹੀਂ ਕੀਤਾ, ਪਰ ਜਿੰਨੀ ਕੁ ਅਗਲੇ ਡਿਮਾਂਡ ਸੀ ਉਹਨਾਂ ਕੀ ਕੀਤਾ ਹੋਇਆ। ਤੁਹਾਨੂੰ ਅੰਦਰੋਂ ਦਿਖਾਉਂਦੇ ਹਾਂ ਇਹਦਾ ਇੰਟੀਰੀਅਰ ਵਗੈਰਾ, ਤੁਸੀਂ ਲਾਈਕ ਸਰ ਨੇ ਸੈਂਟਰ ਲੋਕਿੰਗ ਵਗੈਰਾ ਇਹਦੇ ਵਿੱਚ ਆਟੋ ਸ਼ੀਸ਼ੇ ਵਗੈਰਾ ਸਾਰਾ ਕੁਝ ਕੀਤਾ ਹੋਇਆ, ਇਹਨੂੰ ਰੈੱਡ ਹੀ ਇੰਟੀਰੀਅਰ ਕੀਤਾ ਹੋਇਆ ਸਾਰਾ। ਬਕਿਟ ਸੀਟਸ ਦੇ ਅੰਦਰ ਸਰ ਨੇ ਲਾਈਆਂ ਨੇ, ਅਤੇ ਤੁਸੀਂ ਇਹਦਾ ਲਾਈਕ ਡੈਸ਼ਬੋਰਡ ਵਗੈਰਾ ਵੇਖ ਸਕਦੇ ਹੋ ਜਿਵੇਂ ਅਗਲੇ ਡਿਮਾਂਡ ਸੀ ਉੱਦਾਂ ਇਹਨਾਂ ਨੇ ਸਰ ਨੇ ਕੰਬੀਨੇਸ਼ਨ ਕਰਕੇ ਦਿੱਤਾ, ਸਵਿੱਚ ਵਗੈਰਾ ਲਗਾ ਕੇ ਦਿੱਤੇ ਨੇ। ਏਸੀ ਇਹਦੇ ਵਿੱਚ ਸਰ ਨੇ ਗੱਡੀ 'ਚ ਸਪੈਸ਼ਲ ਲਾਇਆ ਹੋਇਆ, ਨਾਲ ਛੋਟਾ ਸਟੇਰਿੰਗ ਲੱਗਿਆ ਹੋਇਆ, ਓਰੀਜਨਲ ਮੀਟਰ ਨੇ, ਥੱਲੇ ਮੈਟਿੰਗ ਵਗੈਰਾ ਰੈੱਡ ਕਲਰ ਦੀ ਹੀ ਸਰ ਨੇ ਕਰਵਾਈ ਹੈ, ਅਤੇ
ਭਾਜੀ ਸਟਾਰਟਿੰਗ ਰੇਂਜ ਹੈਗੀ ਦੀ 4.5 ਲੱਖ ਰੁਪਿਆ 4.5 ਤੋਂ ਲੈ ਕੇ 5 5.5 6 ਲੱਖ ਜਿਵੇਂ ਦੀ ਅਗਲੀ ਡਿਮਾਂਡ ਜਿੰਨੇ ਡਿਮਾਂਡ ਹੈ ਬੰਦੇ ਤੇ ਸਰ ਜਿਵੇਂ ਇਹ ਗੱਡੀ ਦਾ ਆਰਡਰ ਹੈ ਇਹ ਕਿੰਨਾ ਕੁ ਟਾਈਮ ਲੈਣੇ ਇਹਨੂੰ ਤਿਆਰ ਕਰਨ ਵਾਸਤੇ ਭਾਜੀ ਇਹਨੂੰ ਰੈਡੀ ਕਰਨ ਤੇ 2 ਮਹੀਨੇ ਦਾ ਟਾਈਮ ਲੱਗਦਾ 2 ਮਹੀਨੇ ਰੈਡੀ ਕਰਨ ਦਾ ਭਾਜੀ ਬਾਕੀ ਜਿੱਦਾਂ ਦੀ ਵੀ ਕਿਸੇ ਡਿਮਾਂਡ ਜਿਹੜਾ ਮਰਜ਼ੀ ਕਲਰ ਅਗਲੇ ਨੇ ਕਰਾਉਣਾ ਉਹ ਕਰਵਾ ਸਕਦੇ ਜਿਵੇਂ ਰੈੱਡ ਬਲੈਕ ਵਾਈਟ ਉਹ ਕਸਟਮਰ ਦੀ ਚੁਆਇਸ ਦੇ ਹਿਸਾਬ ਨਾਲ ਜਿੱਦਾਂ ਦਾ ਮਰਜ਼ੀ ਕਰ ਦਿੰਦੇ ਆ ਠੀਕ ਹੈ ਇਹਦੇ ਬਾਰੇ ਥੋੜਾ ਤੁਹਾਨੂੰ ਆਈਡੀਆ ਦਿੱਤਾ ਬਾਕੀ ਅਗਲੇ ਬੰਨੇ ਦੇਖੋ ਨੇ ਸਾਰੀ ਡਿਟੇਲ ਤੁਹਾਨੂੰ ਵੀਡੀਓ ਦੇ ਲਾਸਟ 'ਚ ਮਿਲ ਜੂਗੀ ਵੀ ਕਿਵੇਂ ਤੁਸੀਂ ਆਰਡਰ ਪਲੇਸ ਕਰ ਸਕਦੇ ਹੋ ਹੁਣ ਅਗਲੇ ਬੰਨੇ ਸਰ ਕੋਲੇ ਆ ਜਾਂਦੀ ਆ ਵਿੱਲੀ ਸਰ ਇਹਨੂੰ ਵੈਸੇ ਤੁਸੀਂ ਵਿੱਲੀ ਜੀ ਕਹਿੰਦੇ ਆ ਹਾਂ ਵਿੱਲੀ ਜੀ ਲੁੱਕ ਆ ਭਾਜੀ ਓਪਨ ਐਂਡ ਕਲੋਜ਼ ਹੈ ਬਟ ਇਹਨੂੰ ਆਪਾਂ ਏਸੀ ਲਾਤਾ ਇਹਨੂੰ ਓਪਨ ਕਰਨੀ ਹੋ ਤਾਂ 5 ਮਿੰਟ 'ਚ ਓਪਨ 5 ਮਿੰਟ 'ਚ ਕਲੋਜ਼ ਹੋ ਜਾਂਦੀ ਹੈ ਠੀਕ ਹੁਣ ਤੁਹਾਨੂੰ ਇਹਦੇ ਬਾਰੇ ਥੋੜੀ ਡਿਟੇਲ ਦੇ ਦਿੰਦਾ ਮੈਂ ਇਹ ਵਿੱਲੀ ਆਉਂਦੀ ਆ ਲਾਈਕ ਇਹਦੇ ਵਿੱਚ ਸਰ ਨੇ ਇਹਦੇ 'ਚ ਵੀ ਐਮਟੀ ਟਾਇਰਸ ਪਾਏ ਹੋਏ ਨਾਲ ਅਲੋਏ ਲਾਏ ਹੋਏ ਆ ਇਹਦੇ ਵੀ ਸਰ ਕਿੰਨੇ ਇੰਚ ਦੇ ਅਲੋਏ ਲੱਗੇ ਹੋਏ ਨੇ ਭਾਜੀ ਇਹ 'ਚ ਵੀ ਗੁੱਡਰੇਟ ਦਾ ਟਾਇਰ ਪਾਇਆ ਹੋਇਆ ਸਟੀਲ ਅਲੋਏ ਵਿੱਲ ਦੇ ਵਿੱਚ ਠੀਕ ਹੈ ਜੀ ਤੇ ਅਗਲੇ ਬੰਨੇ ਤੁਸੀਂ ਹੁਣ ਦੇਖ ਸਕਦੇ ਹੋ ਸਰ ਇਹ ਇੰਜਨ ਵਗੈਰਾ ਕਿਹੜਾ ਹੈ ਭਾਜੀ ਇਹ 'ਚ ਇੰਜਨ ਰੱਖਿਆ ਪਰ 2 ਸੀਟਰ ਬਟ ਟੋਇਟਾ ਦਾ ਠੀਕ ਹੈ ਜੀ ਦਿਖਾਉਣੇ ਤੁਹਾਨੂੰ ਇੰਜਨ ਵਗੈਰਾ ਦੇਖ ਸਕਦੇ ਹੋ ਸਰ ਇੱਕ ਚੀਜ਼ ਮੇਰੇ ਵਿਊਵਰਸ ਨੂੰ ਕਲੀਅਰ ਕਰ ਦਿਓ ਜਿਹੜਾ ਇੰਜਨ ਹੈ ਪੇਟੀ ਬੰਦ ਹੁੰਦਾ ਜਾਂ ਯੂਜ਼ਡ ਹੁੰਦਾ ਭਾਜੀ ਯੂਜ਼ ਇੰਜਨ ਹੁੰਦਾ ਪਰ ਹੁੰਦਾ ਸ਼ੀਲਡ ਹੈ ਠੀਕ ਹੈ ਸ਼ੀਲਡ ਉਹਨੂੰ ਕਹਿੰਦੇ ਭਾਈ ਉਹਨੂੰ ਚਾਬੀ ਨਾਲ ਲੱਗੀ ਹੋਵੇ ਕਦੇ ਸ਼ੀਲਡ ਇੰਜਨ ਬਿਲਕੁਲ ਠੀਕ ਹੈ ਤੇ ਇਹਦੀ ਗਰੰਟੀ ਹੁੰਦੀ ਹੈ ਭਾਜੀ ਫੁੱਲ ਗਰੰਟੀ ਇਹਦੀ ਠੀਕ ਹੈ ਜੀ ਤੁਸੀਂ ਬਾਕੀ ਦੇਖ ਸਕਦੇ ਹੋ ਸਰ ਨੇ ਜਿਹੜੀ ਮੇਨ ਚੀਜ਼ਾਂ ਹੁੰਦੀਆਂ ਰੇਡੀਏਟਰ ਵਗੈਰਾ ਨਵਾਂ ਲੱਗਿਆ ਹੋਇਆ ਬੈਟਰੀ ਨਵੀਂ ਲੱਗੀ ਹੋਈ ਆ ਮਲਾਈਕ ਬ੍ਰੇਕ ਸਿਸਟਮ ਵਗੈਰਾ ਨਵਾਂ ਜਿਹੜੀ ਚੀਜ਼ ਜ਼ਰੂਰੀ ਨਵੀਂ ਹੋਣੀ ਚਾਹੀਦੀ ਉਹ ਨਵੀਂ ਲੱਗੀ ਹੋਈ ਆ ਬਾਕੀ ਤੁਸੀਂ ਇਹਦੀ ਕੰਡੀਸ਼ਨ ਦੇਖ ਸਕਦੇ ਹੋ ਸਾਰੀ ਗੱਡੀ ਦੀ ਤੇ ਬੰਪਰ ਵਗੈਰਾ ਸਰ ਨੇ ਇਹਦੇ ਮੈਟਲ ਦਾ ਬਣਾਇਆ ਹੋਇਆ ਬੰਪਰ ਵਿੰਚ ਵਿੰਚ ਲਾਈ ਹੋਈ ਹੈ ਨਾਲ ਮੋਸਟਲੀ ਵਿੰਚ ਲਾਈ ਵੀ ਹੈ ਟੋਚਨ ਵਿੰਚ ਹਾਂ ਵਿੰਚ ਲੱਗੀ ਹੋਈ ਹੈ ਨਾਲ ਇਹਦੇ ਲਹਿਲ ਫਿਰ ਤੁਸੀਂ ਦੇਖ ਸਕਦੇ ਹੋ ਉੱਪਰ ਬਾਰ ਲਾਈਟ ਲੱਗੀ ਹੋਈ ਹੈ ਨਾਲ ਠੀਕ ਹੈ ਇਹ ਮਤਲਬ ਵਿੱਲੀ ਦੇ ਓਰੀਜਨਲ ਲੁੱਕਸ ਵੀ ਆਉਂਦੇ ਆ ਸਰ ਉਹ ਵੀ ਤੁਸੀਂ ਸਰ ਕੋ ਤਿਆਰ ਕਰਵਾ ਸਕਦੇ ਹੋ ਬਾਕੀ ਤੁਸੀਂ ਸਾਈਡ ਤੋਂ ਦੇਖ ਸਕਦੇ ਹੋ ਸਾਰੀ ਵਿੱਲੀ ਤੇ ਸਰ ਨੇ ਇਹਦੇ ਵਿੱਚ ਏਸੀ ਵਗੈਰਾ ਲਗਾਇਆ ਹੋਇਆ ਤੁਹਾਨੂੰ ਦਿਖਾਉਣਾ ਮੈਂ ਅੰਦਰੋਂ ਪਿਛਲੇ ਬੰਨੇ ਸਰ ਨੇ ਇਹਦੇ ਬਕਟ ਦਿੱਤੀ ਹੋਈ ਹੈ ਸਰ ਇਹ ਮੋਸਟਲੀ ਕਾਹਦੇ ਲਈ ਯੂਜ਼ ਹੁੰਦੀ ਹੈ ਭਾਜੀ ਆ ਲਗੇਜ ਰੱਖਣ ਲਈ ਕਦੇ ਆਪਾਂ ਲੌਂਗ ਡਰਾਈਵ ਤੇ ਜਾਣਾ ਹੈ ਇਹਦੇ ਵਿੱਚ ਬੈਗ ਸਿਸਟਮ ਰੱਖ ਸਕਦੇ ਹਾਂ ਲੌਂਗ ਡਰਾਈਵ ਵਾਸਤੇ ਤੁਸੀਂ ਦੇਖ ਸਕਦੇ ਹੋ ਮਗਰ ਅਲੋਏ ਦਿੱਤਾ ਹੋਇਆ ਇੱਕ ਜ਼ੈਰੀ ਕੈਨ ਦਿੱਤਾ ਹੋਇਆ ਹੁੱਕ ਵਗੈਰਾ ਵੀ ਸਰ ਨੇ ਨਾਲ ਦਿੱਤੀ ਹੈ ਕੱਲ ਨੂੰ ਯੂਜ਼ ਕਰਨੀ ਪਵੇ ਤਾਂ ਤੁਸੀਂ ਕਰ ਸਕਦੇ ਹੋ ਇਹ ਤੁਸੀਂ ਪਿੱਛੋਂ ਲੁੱਕ ਚੈੱਕ ਕਰ ਸਕਦੇ ਹੋ ਗੱਡੀ ਦੀ ਸਾਰੀ ਸਾਰੀ ਓਪਨ ਕਲੋਜ਼ ਇੱਥੋਂ ਆਪਾਂ ਓਪਨ ਕਰ ਸਕਦੇ ਹਾਂ ਦੇਖੋ ਓਪਨ ਐਂਡ ਤੇ ਕੀ ਹੈ ਤੁਸੀਂ ਦੇਖ ਸਕਦੇ ਹੋ ਓਪਨ ਕਰਨੀ ਵੀ ਬੜੀ ਈਜ਼ੀ ਹੈ ਹਾਂਜੀ ਇਹ ਵੀ ਸਰ ਨੇ ਡੋਰ ਬਣਾਇਆ ਹੋਇਆ ਓਪਨ ਡੋਰ ਆ ਭਾਜੀ ਹਾਂ ਸਰ ਨੇ ਡੋਰ ਓਪਨ ਵੀ ਕਰ ਸਕਦੇ ਹਾਂ ਲੌਕ ਸਿਸਟਮ ਹੈ ਇਹ ਸਰ ਨੇ ਡੋਰ ਬਣਾਏ ਹੋਇਆ ਲਾਈਕ ਤੁਸੀਂ ਲੌਕ ਕਰ ਸਕਦੇ ਹੋ ਗੱਡੀ ਲੌਕ ਦੀ ਲੌਕ ਹੋ ਜੂਗੀ ਅੰਦਰ ਤੁਸੀਂ ਦੇਖ ਸਕਦੇ ਹੋ ਏਸੀ ਵਗੈਰਾ ਸਾਰਾ ਕੁਝ ਸਰ ਨੇ ਲਾਇਆ ਹੋਇਆ ਇਹਦੇ ਮਤਲਬ ਏਸੀ ਪ੍ਰੋਪਰ ਲੱਗਿਆ ਹੋਇਆ ਤੇ ਇਹਦਾ ਸਿੰਪਲ ਡੈਸ਼ਬੋਰਡ ਵਗੈਰਾ ਸਾਰਾ ਜਿੱਦਾਂ ਆਉਂਦਾ ਓਰੀਜਨਲ ਸਟੀਅਰਿੰਗ ਲੱਗਿਆ ਹੋਇਆ ਛੋਟੇ ਵਾਲਾ ਤੇ ਇਹਦੇ ਸੀਟਸ ਲੱਗੀਆਂ ਹੋਈਆਂ ਸਰ ਨੇ ਨਾਰਮਲ ਸੀਟਸ ਲਾਈਆਂ ਹੋਈਆਂ ਮਗਰ ਲੇ ਬੰਨੇ ਮਿਊਜ਼ਿਕ ਸਿਸਟਮ ਵਗੈਰਾ ਪਾਇਨੀਅਰ ਦਾ ਲੱਗਿਆ ਹੋਇਆ ਤੁਸੀਂ ਦੇਖ ਸਕਦੇ ਹੋ ਸੀਟ ਪਿੱਛੇ ਵੀ ਦਿੱਤੀ ਹੋਈ ਆ ਤੇ ਓਪਨ ਵੀ ਹੋ ਜਾਂਦੀ ਹੈ ਈਜ਼ੀਲੀ ਹਾਂ ਤੇ ਇਹ 2 ਵੀਲ ਡਰਾਈਵ ਹੈ ਤੇ ਇਹਦੀ ਤੁਸੀਂ ਲੁੱਕ ਦੇਖ ਸਕਦੇ ਹੋ ਸਾਈਡ ਤੋਂ ਇਦਾਂ ਦੀ ਹੈਗੀ ਹੈ ਸਰ ਇਹਦੀ ਕੀ ਕਾਸਟਿੰਗ ਆਉਂਦੀ ਹੈ ਹਾਂਜੀ ਭਾਜੀ ਹਾਂ ਆਰਡਰ ਆਪਣੇ ਕੋਲ ਆਇਆ ਸੀ ਕੋਲਕਾਤਾ ਤੋਂ ਤੇ 1 ਮਹੀਨਾ ਪਹਿਲਾਂ ਐਡਵਾਂਸ ਕਰਤਾ ਸੀ ਭਾਜੀ ਉਹਨਾਂ ਨੇ ਤੇ ਗੱਡੀ ਹੁਣ ਹੋ ਗਈ ਰੈਡੀ ਤੇ ਅੱਜ ਕਸਟਮਰ ਆਪਣੇ ਕੋਲ ਆਏ ਹੋਏ ਨੇ ਵੀਡੀਓ ਦੇ ਬਾਅਦ ਉਹਨਾਂ ਨਾਲ ਮਿਲਾਵਾਂਗੇ ਤੁਹਾਨੂੰ ਤੇ ਡਿਲੀਵਰੀ ਲੈਣ ਖਤਰਾ ਆਏ ਹੋਏ ਸਰ ਇਹਨੂੰ ਕਿੰਨਾ ਟਾਈਮ ਲੈਣਾ ਤੁਸੀਂ ਭਾਜੀ 1 ਮਹੀਨੇ ਦਾ ਟਾਈਮ ਲੱਗਦਾ ਭਾਜੀ ਇਹਨੂੰ 1 ਮਹੀਨੇ ਦਾ ਤੇ ਕਿੰਨੇ ਕੁ ਤੋਂ ਸ਼ੁਰੂ ਹੋ ਜਾਂਦੀਆਂ ਇਹ ਭਾਜੀ 3.5 ਲੱਖ ਤੋਂ ਲੈ ਕੇ 5 ਲੱਖ ਤੱਕ ਪ੍ਰੋਸੀਜਰ ਹੈ ਸੀਜ਼ਰ ਹੈ ਠੀਕ ਹੈ ਤੇ ਹੁਣ ਜਿਹੜੀ ਸਾਰ ਨੂੰ ਵਧੀਆ ਸਰ ਨੇ ਇੱਕ ਚੀਜ਼ ਤਿਆਰ ਕੀਤੀ ਹੈ ਸਰ ਇਹਦੇ ਬਾਰੇ ਤੁਸੀਂ ਖੁਦ ਐਕਸਪਲੇਨ ਕਰ ਦਿਓ ਭਾਜੀ ਆ ਆਪਾਂ ਗੱਡੀ ਲਿੱਤੀ ਸੀ ਭਾਜੀ 2014 ਮਾਡਲ ਥਾਰ ਮਹਿੰਦਰਾ ਦੀ ਜੈਨੀਅਨ ਸੀਆਰਡੀ 4x4 ਤੇ ਇਹਨੂੰ ਆਪਾਂ ਪੂਰਾ ਕਸਟਮਾਈਜ਼ ਕਰਤਾ ਸੀ ਤੁਸੀਂ ਦੇਖ ਸਕਦੇ ਹੋ ਤੁਸੀਂ ਪਹਿਲਾਂ ਵੀ ਮੇਰੀ ਵੀਡੀਓਜ਼ ਦੇ ਵਿੱਚ ਇਹੋ ਜਿਹੀ ਗੱਡੀ ਦੇਖੀ ਹੋਣੀ ਆ ਪਰ ਉਹ ਫਾਈਬਰ ਦੇ ਵਿੱਚ ਸੀਗੀ ਤੇ ਸਰ ਨੇ ਮੈਟਲ ਦੇ ਵਿੱਚ ਤਿਆਰ ਕੀਤੀ ਆ ਸਪੈਸ਼ਲੀ ਭਾਜੀ ਹਰੇਕ ਚੀਜ਼ ਦੇਖੋ ਆ ਗ੍ਰਿਲ ਤੁਹਾਨੂੰ ਫਾਈਬਰ ਦੇ ਵਿੱਚ ਮਿਲੂਗੀ ਬਟ ਆ ਮੈਟਲ ਹੈ ਮੁਸਟੈਂਗ ਬੰਪਰ ਬੋਰਨਟ ਵੀ ਤਾਂ ਮੈਟਲ ਚ ਹੈ ਤੁਸੀਂ ਖਿੜਕਾ ਕੇ ਸਰ ਦਿਖਾ ਸਕਦੇ ਹੋ ਨਾਲ ਤੁਸੀਂ ਸਾਊਂਡ ਉਹਨੇ ਭਾਜੀ ਜੈਕ ਸਿਸਟਮ ਕੀਤਾ ਹੈ ਦਿਖਾਉਣੇ ਤੁਹਾਨੂੰ ਸਰ ਇਹਦੇ ਵਿੱਚ ਸੀਆਰਡੀ ਇੰਜਨ ਹੀ ਓਰੀਜਨਲ ਭਾਜੀ ਸੀਆਰਡੀ ਜੈਨੀਅਨ ਇੱਕ ਮਿੰਟ ਭਾਜੀ ਤੁਸੀਂ ਦੇਖ ਸਕਦੇ ਹੋ ਸਰ ਨੇ ਮੈਟਲ ਦਾ ਹੀ ਸਾਰਾ ਇਹਦਾ ਬੋਨਟ ਵਗੈਰਾ ਵੀ ਬਣਾਇਆ ਹੈਗਾ ਨਾਲੇ ਸਿਸਟਮ ਬਿਲਕੁਲ ਸੋ ਹੋ ਗਿਆ ਤੁਸੀਂ ਇਹ ਦੇਖ ਸਕਦੇ ਹੋ ਲੁੱਕ ਇਹ ਮਹਿੰਦਰਾ ਦੀ ਥਾਰ ਜਿਹੜੀ ਆ ਉਹੀ ਆਉਂਦੀ ਹੈ ਇਹਦਾ ਬੰਪਰ ਵਗੈਰਾ ਵੀ ਸਰ ਨੇ ਮੈਟਲ ਦਾ ਬਣਾਇਆ ਹੋਇਆ ਤੁਸੀਂ ਦੇਖ ਸਕਦੇ ਹੋ ਇਹ ਮੈਟਲ ਦਾ ਹੈ ਵੀ ਸਾਰਾ ਸਾਰਾ ਮੈਟਲ ਦਾ ਭਾਜੀ ਇਹਨੂੰ ਐਮਟੀ ਟਾਇਰ ਪਾਏ ਹੋਏ ਆ ਸਰ ਨੇ ਸਰ ਕਿੰਨਾ ਨੰਬਰ ਪਾਏ ਨੇ ਭਾਜੀ 33 ਨੰਬਰ ਟਾਇਰ ਹੈ ਸਭ ਤੋਂ ਵਧੀਆ ਐਮਟੀ ਦਾ ਬਾਕੀ ਤੁਸੀਂ ਸਾਈਡ ਲੁੱਕ ਗੱਡੀ ਚੈੱਕ ਕਰ ਸਕਦੇ ਹੋ ਸਾਰੀ ਸਾਰੀ ਸਾਈਡ ਲੁੱਕ ਸਰ ਨੇ ਤਿਆਰ ਕੀਤੀ ਹੋਈ ਆ ਤੇ ਇਹਦੇ ਲਾਈਕ ਫੈਂਡਰ ਵਗੈਰਾ ਵੀ ਲਾਏ ਹੋਏ ਆ ਇਹਦੇ ਸ਼ੀਸ਼ੇ ਜਿਹੜੇ ਨੇ ਲਾਈ ਰੈਂਗਲੋਰ ਦੇ ਲਾਏ ਹੋਏ ਤੁਸੀਂ ਦੇਖ ਸਕਦੇ ਹੋ ਐਂਟੀਨਾ ਲੱਗਿਆ ਹੋਇਆ ਛੋਟੀਆਂ ਲਾਈਟਸ ਦਿੱਤੀਆਂ ਹੋਈਆਂ ਨਾਲ ਬਾਰ ਲਾਈਟ ਦਿੱਤੀ ਹੋਈ ਆ ਸਨੋਰਕਰ ਦਿੱਤਾ ਹੋਇਆ ਜਿਹੜਾ ਵਰਕਿੰਗ ਦੇ ਵਿੱਚ ਹੈਗਾ ਤੁਸੀਂ ਇਹਦੀ ਬੈਕ ਤੋਂ ਸਾਈਡ ਤੋਂ ਲੁੱਕ ਚੈੱਕ ਕਰ ਸਕਦੇ ਹੋ ਗੱਡੀ ਦੀ
ਬਾਕੀ ਬੈਕ ਤੋਂ ਲੁੱਕ ਚੈੱਕ ਕਰ ਸਕਦੇ ਹੋ ਤੁਸੀਂ ਗੱਡੀ ਸਾਰੀ ਸਾਰੀ ਨਾਲ ਰੈਂਗਲੋ ਸਟਾਈਲ ਲਾਈਟਸ ਲੱਗੀਆਂ ਹੋਈਆਂ ਪਿਛਲਾ ਬੰਪਰ ਵੀ ਜਿਹੜਾ ਸਰ ਉਹਨਾਂ ਨੇ ਮੈਟਲ ਦਾ ਬਣਾਇਆ ਹੋਇਆ ਇੱਕ ਮਗਰ ਸਟੈਂਡ ਵੱਖਰਾ ਸਰ ਨੇ ਟਾਇਰ ਵਾਸਤੇ ਲਾਇਆ ਹੋਇਆ ਕਿਉਂਕਿ ਗੱਡੀ ਦਾ ਜਿਹੜਾ ਵੈਸੇ ਡਾਲਾ ਖਰਾਬ ਹੋ ਜਾਂਦਾ ਇਹਦੇ ਨਾਲ ਖਰਾਬ ਨਹੀਂ ਹੁੰਦਾ ਖੁੱਲ ਵੀ ਜਾਂਦਾ ਇਹ ਸਰ ਖੋਲ ਕੇ ਵੀ ਦਿਖਾ ਦਿਓ ਤੁਸੀਂ ਇਹ ਦੇਖ ਸਕਦੇ ਹੋ ਇਹ ਸਾਰਾ ਖੁੱਲ ਜਾਂਦਾ ਵੱਖਰਾ ਅਤੇ ਪਿੱਛੋਂ ਡੋਰ ਵੱਖਰਾ ਐਕਸਟਰਾ ਖੁੱਲ ਜਾਂਦਾ ਕੱਲ੍ਹ ਨੂੰ ਕਿਸੇ ਸਮਾਨ ਵਗੈਰਾ ਕੁਛ ਵੀ ਰੱਖਣਾ ਤੁਸੀਂ ਉਹ ਰੱਖ ਸਕਦੇ ਹੋ ਇਹ ਤੁਸੀਂ ਦੇਖ ਸਕਦੇ ਹੋ ਸਰ ਨੇ ਇਹਨੂੰ ਐਮਟੀ ਟਾਇਰਸ ਨਾਲ ਦਿੱਤੇ ਹੋਏ ਆ ਬਾਕੀ ਮਤਲਬ ਬੜੀ ਸੋਹਣੀ ਲੁੱਕ ਦੇ ਵਿੱਚ ਗੱਡੀ ਤਿਆਰ ਹੋਈ ਹੋਈ ਹੈ ਤੁਸੀਂ ਦੇਖ ਹੀ ਸਕਦੇ ਹੋ ਇਹ ਸਾਈਡ ਲੁੱਕ ਆ ਗਈ ਇਹਦੀ ਸਾਰੀ ਹੁਣ ਤੁਹਾਨੂੰ ਅੰਦਰੋਂ ਦਿਖਾਉਂਦੇ ਹਾਂ ਅਸੀਂ ਇਹਦੇ ਹੈਂਡਲਸ ਵਗੈਰਾ ਵੀ ਸਰ ਨੇ ਜਿਹੜੇ ਨੇ ਲਾਈਕ ਫੋਰ ਰੈਂਗੂਲਰ ਦੇ ਲਾਏ ਹੋਏ ਨੇ ਅਤੇ ਤੁਸੀਂ ਬਾਕੀ ਹੁਣ ਅੰਦਰੋਂ ਦੇ ਸਾਨੂੰ ਸਰ ਨੇ ਆਟੋ ਕੀਤੀ ਹੋਈ ਹੈ ਸਾਰੀ ਆਟੋ ਵਿੰਡੋਜ਼ ਵਗੈਰਾ ਸਾਰਾ ਕੁਛ ਟੈਨ ਇੰਟੀਰੀਅਰ ਕੀਤਾ ਹੋਇਆ ਲਾਈਕ ਇਹਦਾ ਔਰੇਂਜ ਸ਼ੇਡ ਵੀ ਆਪਾਂ ਨੂੰ ਕਹਿ ਦਿੰਦੇ ਹਾਂ ਅਤੇ ਸਟੀਅਰਿੰਗ ਵਗੈਰਾ ਵੀ ਸਾਰਾ ਸਰ ਨੇ ਟੈਨ ਕੀਤਾ ਹੋਇਆ ਅਤੇ ਡੈਸ਼ਬੋਰਡ ਵਗੈਰਾ ਜਿਹੜਾ ਓਰਿਜਨਲ ਆਉਂਦਾ ਉਹੀ ਲੱਗਿਆ ਹੋਇਆ ਸਟੀਰੀਓ ਵਿੱਚ ਲੱਗਣ ਵਾਲਾ ਆ ਅਤੇ ਇਹਦੇ ਵਿੱਚ ਸਰ ਨੇ ਨਾਲ ਇਲੈਕਟ੍ਰੋਨਿਕ ਸੀਟਸ ਲਾਈਆਂ ਨੇ ਤੁਸੀਂ ਦੇਖ ਸਕਦੇ ਹੋ ਬਟਨ ਦੇ ਬਾਜੀ ਵਰਕਆਊਟ ਕਰਦੀਆਂ ਨੇ ਕਿਵੇਂ ਅਡਜਸਟੇਬਲ ਹੈ ਪੂਰਾ ਹਾਂ ਤੁਸੀਂ ਦੇਖ ਸਕਦੇ ਹੋ ਇੱਥੇ ਮਰਜ਼ੀ ਅਡਜਸਟ ਕਰ ਸਕਦੇ ਲਗਜ਼ਰੀ ਗੱਡੀਆਂ ਵਿੱਚ ਸੀਟਸ ਆਉਂਦੀਆਂ ਨੇ ਇਲੈਕਟ੍ਰੋਨਿਕ ਬਾਜੀ ਹਾਂ ਤੁਸੀਂ ਬਾਕੀ ਸਰ ਨੇ ਮੈਟਿੰਗ ਵਗੈਰਾ ਇਹਦੇ ਵਿੱਚ ਕੀਤੀ ਹੋਈ ਹੈ ਸਾਰੀ ਮੈਟਿੰਗ ਹੋਈ ਹੋਈ ਹੈ 4x4 ਆ ਇਹ ਤੇ ਪਿਛਲੇ ਬੰਨੇ ਸੋਫਾ ਲੱਗਿਆ ਹੋਇਆ ਤੁਸੀਂ ਦੇਖ ਸਕਦੇ ਹੋ ਇਧਰੋਂ ਦੇਖ ਸਕਦੇ ਹੋ ਸਾਰੀ ਗੱਡੀ ਇਹਦੇ ਵੀ ਸਰ ਸਦੀ ਵੀ ਸੀਟ ਇਲੈਕਟ੍ਰੋਨਿਕ ਲੱਗੀ ਹੋਈ ਹੈ ਫਿਰ ਹੁਣ ਥੋੜੇ ਕਿ ਸਰ ਨੇ ਇੱਕ ਮੂਨ ਰੂਫ ਦਿੱਤੀ ਹੋਈ ਹੈ ਗੱਡੀ ਦੇ ਵਿੱਚ ਤੇ ਇੱਕ ਨਾਲ ਸਨ ਰੂਫ ਦਿੱਤੀ ਹੋਈ ਹੈ ਦੇਖੋ ਭਾਜੀ ਤੁਸੀਂ ਦੇਖ ਸਕਦੇ ਹੋ ਸਨ ਰੂਫ ਵਰਕਿੰਗ ਇਲੈਕਟ੍ਰੋਨਿਕ ਸਨ ਰੂਫ ਦਿੱਤੀ ਹੋਈ ਹੈ ਨਾਲ ਇਹਦੇ ਵਿੱਚ ਅੰਦਰ ਪੋਰਸ਼ਿੰਗ ਵਗੈਰਾ ਕੀਤੀ ਹੋਈ ਹੈ ਸਾਰੀ ਗੱਡੀ ਦੇ ਵਿੱਚ ਇਹ ਮੂਨ ਰੂਫ ਆ ਅਗਲੇ ਬੰਨੇ ਸਾਰੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰੀ ਲੁੱਕ ਦੇ ਵਿੱਚ ਗੱਡੀ ਤਿਆਰ ਹੋਈ ਹੋਈ ਹੈ ਤੁਸੀਂ ਬਾਕੀ ਇਹਦਾ ਬੋਨਟ ਵਗੈਰਾ ਵੀ ਉੱਤੋਂ ਦੇਖ ਸਕਦੇ ਹੋ ਵੀ ਮੈਟਲ ਦਾ ਤਿਆਰ ਕੀਤਾ ਹੋਇਆ ਸਾਰਾ ਅਤੇ ਸਰ ਜਿਵੇਂ ਹੁਣ ਇਹ ਥਾਰ ਹੈ ਠੀਕ ਹੈ ਕਿਸੇ ਨੇ ਗੱਡੀ ਸਾਰਾ ਕੁਛ ਇੱਦਾਂ ਇੰਕਲੂਡਿਡ ਕਿੰਨੇ ਕੁ ਦੀ ਹੋ ਜਾ ਪੈ ਜਾਂਦੀ ਹੈ ਭਾਅ ਜੀ ਆਪਾਂ ਗੱਡੀ 10 ਲੱਖ ਦੀ ਸੇਲ ਕੀਤੀ ਹੈ ਆਹ ਵੀ ਔਡਰ ਆਇਆ ਸੀ ਆਪਣੇ ਕੋਲ ਗੁਜਰਾਤ 'ਚ MLA ਦਾ ਪੋਤਾ ਹੈਗਾ ਆਪਣੇ ਉੱਥੇ ਗੁਜਰਾਤ 'ਚ ਅਹਿਮਦਾਬਾਦ ਉੱਥੋਂ ਔਡਰ ਆਇਆ ਆਪਣੇ ਕੋਲ ਅਤੇ ਸਰ ਇਹਨੂੰ ਕਿੰਨਾ ਟਾਈਮ ਲੱਗਿਆ ਭਾਅ ਜੀ ਇਹਨੂੰ ਬਣਨ ਤੇ 3 ਮੰਥ ਦਾ ਟਾਈਮ ਲੱਗ ਗਿਆ ਜੀ 3 ਮੰਥ ਦਾ ਅਤੇ ਸਰ ਇਹਦੇ ਪੇਪਰ ਵਰਕ ਵਗੈਰਾ ਸਾਰਾ NOC ਵਗੈਰਾ ਪ੍ਰੋਵਾਈਡ ਕਰ ਦਿੰਦੇ ਸਭ ਕੁਝ ਪ੍ਰੋਵਾਈਡ ਜੀ ਭਾਅ ਜੀ ਹਾਂਜੀ ਭਾਅ ਜੀ ਅੱਜ ਗੱਡੀ ਡਿਲੀਵਰ ਕਰ ਰਹੇ ਆਪਾਂ ਭਾਅ ਜੀ ਨੂੰ ਇਹਨਾਂ ਨੇ ਆਪਾਂ ਨੂੰ ਆਨਲਾਈਨ ਆਰਡਰ ਕੀਤਾ ਸੀ 1 ਮੰਥ ਪਹਿਲਾਂ ਇਹਨਾਂ ਦੀ ਗੱਡੀ ਹੋ ਗਈ ਕੰਪਲੀਟ पैसा डालने बोला था हमें ऐसे ऐसे डाल दिया बहुत बढ़िया काम किया है मैं ये गाड़ी देख के बहुत खुश हूँ देवेंद्र भाई को थैंक यू देवेंद्र भाई को ये भी बोलना चाहते हो मेरा तरफ से जो जो मेरा कस्टमर है आपको हम देंगे हमारा हिंदी उतना अच्छा नहीं है लेकिन हम लोग थोड़ा शौकीन हैं इस चीज़ का उधर से चल के यहाँ तक आया अपना गाड़ी ड्राइव करके पैसा का सही इस्तेमाल हो रहा है नहीं हो रहा है काम सही हो रहा है नहीं हो रहा है तो उस वो देखने के चलते हम लोग उधर से सीधा इधर आ गया था मेरा नाम है विश्वदीप बैनर्जी मैं एयरपोर्ट बीराडी कोलकाता का रहने वाला हूँ और मेरा भाई तथागत दास वो उसके साथ मैं आया हुआ हूँ वो है काकुड़गाछी कोलकाता से दोस्तों तुसी देखिया सारी दी सारीयां गड्डियां ने भाई उन्होंने मॉडिफाई कीतियां होईयां ने हुण तुहानू थोड़ी जी इनफॉर्मेशन मैं दे देना कि लाइक जे किसी ने ऑर्डर प्लेस करना है जां किसी नू इहदे बारे कोई भी इनफॉर्मेशन आ तुसी किवें लै सकदे हो सर सानू सारों नालों पहले एक गल इह दस्सो किसी ने लाइक जिप्सी जां थार तैयार करवाउणी है उहनू किन्ना कु टाइम लैंदे हो थोड़े रिपीट कर दिओ जी ਭਾਜੀ ਅਗਰ ਤੁਸੀਂ ਥਾਰ ਤਿਆਰ ਕਰਾਉਣੀ ਹੈ ਥਾਰ ਦਾ ਘੱਟ ਤੋਂ ਘੱਟ 3 ਮੰਥ ਦਾ ਪ੍ਰੋਸੀਜਰ ਹੁੰਦਾ ਠੀਕ ਹੈ ਜੀ ਹਾਂਜੀ ਜੇ ਤੁਸੀਂ ਕਰਾਉਣੀ ਜਿਪਸੀ ਜਿਪਸੀ 2 ਮੰਥ ਦਾ ਪ੍ਰੋਸੀਜਰ ਹੁੰਦਾ ਜੀ ਜਿਹੜੀ ਦਿੱਲੀ ਆ ਤੁਸੀਂ ਕਹਿ ਰਹੇ ਹੋ ਕਿੰਨਾ ਕੁ ਟਾਈਮ ਦਿੱਲੀ ਭਾਜੀ 1 ਮੰਥ ਦਾ 1 ਮੰਥ ਦਾ ਤੇ ਸਰ ਜਿਵੇਂ ਹੁਣ ਜਿਪਸੀ ਦੀ ਗੱਲ ਕਰਦੇ ਆ ਤਾਂ ਜਿਪਸੀ ਕਿਹੜਾ ਮਾਡਲ ਹੈ ਕੀ ਰੇਟ ਹੈ ਕੀ ਸਿਸਟਮ ਹੈ ਉਹਦਾ ਭਾਜੀ ਜਿਪਸੀ 2000 ਮਾਡਲ ਤੋਂ ਲੈ ਕੇ 2011 ਮਾਡਲ ਤੱਕ ਮਿਲਦੀਆਂ ਜੀ ਆ ਮਿਲਟਰੀ ਆਪਸ਼ਨ ਵੀ ਹੁੰਦੀਆਂ ਨੇ ਠੀਕ ਹੈ ਭਾਜੀ ਉਹ ਦਿੰਦੇ ਆਪਾਂ ਨੂੰ ਬਾਊਚਰ ਦੇ ਰਹੀ ਨਵੇਂ ਮੰਡੀ ਆਰਸੀ ਜਾਂ 15 ਸਾਲਾਂ ਤੱਕ ਹੁੰਦੀ ਵੈਲਿਡਿਟੀ ਦੀ 2034 ਤੱਕ ਕਰਵਾ ਸਕਦੇ ਹੋ ਉਹਦੇ ਲਈ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਤੁਹਾਨੂੰ ਕੰਟੈਕਟ ਕਿਵੇਂ ਕੀਤਾ ਜਾ ਸਕਦਾ ਮੇਰਾ WhatsApp ਨੰਬਰ ਹੈਗਾ 9999670017 ਇੱਥੇ ਤੁਸੀਂ ਕਾਲ ਵੀ ਕਰ ਸਕਦੇ ਹੋ ਇੱਥੇ ਮੇਰਾ WhatsApp ਵੀ ਹੈ ਠੀਕ ਹੈ ਇੱਥੇ ਸਾਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਵੈਸੇ ਨੰਬਰ ਵਗੈਰਾ ਸਾਰਾ ਕੋ ਨੀਚੇ ਵੈਸੇ ਚੱਲ ਰਿਹਾ ਬਾਕੀ ਗੱਲ ਦੱਸ ਦਣਾ ਡੇਲੀ ਅਪਡੇਟਸ ਲਈ ਤੁਸੀਂ ਸਾਨੂੰ ਸਾਡੇ Facebook ਪੇਜ ਦੇ ਉੱਤੇ YouTube ਚੈਨਲ ਉੱਤੇ Instagram ਦੇ ਉੱਤੇ ਤੁਸੀਂ ਫੋਲੋ ਕਰ ਸਕਦੇ ਹੋ ਡੇਲੀ ਅਪਡੇਟ ਲਈ ਕਿਉਂਕਿ ਉੱਥੇ ਜਿਹੜੇ ਨਵੀਂ ਚੀਜ਼ ਸਾਡੇ ਪ੍ਰੋਜੈਕਟਸ ਨਵੇਂ ਪ੍ਰੋਜੈਕਟ ਜਿਹੜੇ ਚੱਲ ਰਹੇ ਨੇ ਤੁਸੀਂ ਉੱਥੇ ਉਹਨਾਂ ਨੂੰ ਵੇਖ ਸਕਦੇ ਹੋ ਤੇ ਬਾਕੀ ਕਿਸੇ ਦੇ ਕੋਈ ਵੀ ਇਨਕੁਆਇਰੀਜ਼ ਹੋਣਗੀਆਂ ਤੁਸੀਂ ਬੇਝਿਜਕ ਸਾਨੂੰ ਕਾਲ ਕਰਿਓ ਤੁਹਾਡੀਆਂ ਸਾਰੀਆਂ ਇਨਕੁਆਇਰੀਜ਼ ਸਾਨੂੰ ਕਲੀਅਰ ਕਰ ਦੇਣਗੇ ਸਰ ਤੁਸੀਂ ਕਿੰਨੇ ਤੋਂ ਕਿੰਨੇ ਅਵੇਲੇਬਲ ਹੋ
ਭਾਜੀ ਸਵੇਰ ਤੋਂ 8 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਤੇ ਸਰ ਐਡਰੈਸ ਵੀ ਆਪਣਾ ਦੱਸ ਦਿਓ ਕਿਹੜੀ ਪ੍ਰੋਪਰ ਦੁਬਾਰਾ ਭਾਜੀ ਆ ਮੰਡੀ ਡੱਬਾ ਵਿੱਚ ਆਪਣੀ ਸ਼ੋਪ ਹੈ ਆਪਣੀ ਸ਼ੋਪ ਦਾ ਨਾਮ ਪੈਂਕ ਮੋਟਰ ਸਾਹਿਬ ਭਾਜੀ ਦਵਿੰਦਰ ਸਿੰਘ ਮੇਰਾ ਨਾਮ ਹੈ ਜੀ ਬਾਕੀ ਤੁਸੀਂ ਸਰ ਨੂੰ ਕੰਟੈਕਟ ਕਰ ਸਕਦੇ ਹੋ ਬਾਕੀ ਮੇਰਾ ਵੀ ਸਾਰੀਆਂ ਸਾਰੀਆਂ ਡਿਟੇਲਸ ਨੇ ਉਹ ਕਲੀਅਰ ਹੋ ਗਈਆਂ ਹੋਣਗੀਆਂ ਤੇ ਬਾਕੀ ਤੁਸੀਂ ਮੈਨੂੰ ਵੀ ਇੰਸਟਾਗ੍ਰam ਤੇ ਫੋਲੋ ਕਰ ਸਕਦੇ ਹੋ ਡੇਲੀ ਅਪਡੇਟਸ ਲਈ ਵੀ ਮੈਂ ਕੀ ਕਰ ਰਿਹਾ ਕਿਹੜੇ ਵਲੌਗ ਲਾਉਣ ਵਾਲੇ ਆ ਕੀ ਸਿਸਟਮ ਹੈਗਾ ਤੇ ਬਾਕੀ ਕਿਸੇ ਦੇ ਕੋਈ ਕੁਐਸਚਨ ਹੋਣ ਕੋਈ ਵੀ ਵੀਡੀਓ ਰਿਲੇਟਡ ਇਨਕੁਆਇਰੀ ਹੋਣ ਕਿਸੇ ਨੇ ਕੋਲੈਬੋਰੇਸ਼ਨ ਕਰਨੀ ਹੈ ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ ਮੇਰੇ ਈਮੇਲ ਐਡਰੈਸ ਦੇ ਉੱਤੇ ਤੇ ਥੈਂਕ ਯੂ ਸੋ ਮਚ ਸਰ ਤੇ ਮਿਲਦੇ ਹਾਂ ਹੋਰ ਨਵੀਆਂ ਵੀਡੀਓ ਲੈ ਕੇ ਇਦਾਂ ਦੀਆਂ ਬਾਏ ਟੇਕ ਕੇਅਰ